ਸਤਿ ਸ਼੍ਰੀ ਅਕਾਲ, ਮੈਂ ਬੇਰਿਆਟਿਕ ਕੋਆਰਡੀਨੇਟਰ ਜੰਮੂ ਹੋਸਪਿਟਲ ਜਲੰਧਰ ਤੋਂ। ਅੱਜ ਨਾਲ ਸਾਡੇ ਪੇਸ਼ੈਂਟ ਹੈ ਮਿਸਟਰ ਦਿਲਜੋਤ ਸਿੰਘ, ਜਿਨ੍ਹਾਂ ਨੇ ਸਾਡੇ ਤੋਂ 4 ਮਹੀਨੇ ਪਹਿਲਾਂ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਹੈ। ਅੱਜ ਅਸੀਂ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ, 4 ਮਹੀਨੇ ਵਿੱਚ ਇਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਹੈ ਜੀ, ਬਿਲਕੁਲ। ਤੁਸੀਂ ਸਭ ਤੋਂ ਪਹਿਲਾਂ ਦੱਸੋ ਤੁਹਾਡੀ ਉਮਰ ਕਿੰਨੀ ਹੈਗੀ ਹੈ? ਮੇਰੇ 45। ਤੁਸੀਂ ਸਾਡੇ ਤੋਂ 4 ਮਹੀਨੇ ਪਹਿਲਾਂ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਸੀਗੀ। ਤੁਹਾਡਾ ਕਿੰਨਾ ਵੇਟ ਸੀਗਾ ਔਰ ਤੁਹਾਨੂੰ ਕੀ ਕੀ ਪ੍ਰੋਬਲਮ ਆ ਰਹੀਆਂ ਸੀਗੀਆਂ ਸਰਜਰੀ ਕਰਾਉਣ ਦਾ ਡਿਸੀਜਨ ਲਿਆ? ਸਰਜਰੀ ਕਰਨ ਤੋਂ ਪਹਿਲਾਂ ਮੈਨੂੰ ਗੋਡੇ ਦਰਦ, ਵੇਟ ਦੀ ਵਜ੍ਹਾ ਨਾਲ ਸਾਹ ਚੜਦਾ ਹੈ ਬਹੁਤ ਜੀ। ਪਰ ਉਸ ਤੋਂ ਬਾਅਦ ਹੁਣ ਮੇਰਾ 1.5 ਕਿਲੋ ਤੋਂ 1.10 ਕਿਲੋ ਵੇਟ ਰਹਿ ਗਿਆ। ਅੱਛਾ ਜੀ, ਤੇ ਉਹਦੇ ਨਾਲ ਮੈਨੂੰ ਹੁਣ ਬੜਾ ਲੈਕਸ ਆ, ਪੌੜੀਆਂ ਚੜਨਾ ਸਾਹ ਨਹੀਂ ਚੜਦਾ ਬਿਲਕੁਲ ਨਹੀਂ ਜਾਣਾ। ਠੀਕ ਹੈ, ਮਤਲਬ ਤੁਸੀਂ 4 ਮਹੀਨੇ ਵਿੱਚ 20 ਕਿਲੋ ਪਾ ਕੇ ਡਾਲ ਰਹੇ ਹੋ। ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਇੰਨਾ ਪਾ ਕੇ ਡਾਲ? ਬਿਲਕੁਲ ਲੈਕਸ ਬਹੁਤ ਵਧੀਆ, ਅੱਗੇ ਨੂੰ ਹੁਣ ਚੱਲਣਾ ਫਿਰਨਾ, ਵਾਕ ਕਰਦਾ, ਮੈਂ ਥੱਕਦਾ ਨਹੀਂ, ਸਾਹ ਨਹੀਂ ਚੜਦਾ। ਅੱਛਾ ਜੀ, ਪਹਿਲਾਂ ਮੈਨੂੰ ਬੜੀ ਬੋਦਲ ਹੁੰਦੀ ਸੀ ਇਸ ਗੱਲ ਦੀ। ਮੈਨੂੰ ਯਾਦ ਹੈ ਤੁਹਾਨੂੂੰ ਪਹਿਲਾਂ ਸ਼ਾਇਦ ਸ਼ੂਗਰ ਵੀ ਮੇਰੇ ਅੱਗੇ ਕਾਫੀ ਘਟ ਗਈ ਹੈ, ਜਿੱਦਾਂ ਅੱਗੇ ਮੈਂ ਅੱਧੀ ਮੈਡੀਸਨ ਕਰਨਾ ਮੈਂ। ਠੀਕ ਹੈ ਜੀ, ਬੜੇ ਸਾਰੇ ਲੋਕੀ ਆਪਰੇਸ਼ਨ ਦੇ ਨਾਂ ਤੋਂ ਡਰਦੇ ਹਨ, ਲੱਗਦਾ ਕੁਝ ਖਾਦਾ ਨਹੀਂ ਜਾਂਦਾ। ਤੁਹਾਨੂੰ ਕਿੱਦਾਂ ਦਾ ਰਿਹਾ 4 ਮਹੀਨੇ ਦਾ ਸਫ਼ਰ ਤੁਹਾਡਾ? ਮੈਨੂੰ ਇਹਨਾਂ ਫਸਟ 10-15 ਦਿਨ ਥੋੜਾ ਲੱਗਾ, ਉਸ ਤੋਂ ਬਾਅਦ ਕੋਈ ਬੋਦਲ ਨਹੀਂ। ਹੁਣ ਤੁਸੀਂ ਆਪਣੀ ਡਾਈਟ ਵਿੱਚ ਨਾਰਮਲ ਖਾਣਾ ਬਿਲਕੁਲ ਖਾ ਰਹੇ ਹੋ? ਜਿੱਦਾਂ ਨਾਰਮਲ ਖਾਣਾ ਵੀ ਖਾਣਾ, ਸਵੇਰੇ ਜਿੱਦਾਂ ਉੱਠ ਕੇ ਐਗ ਖਾ ਲੈਣਾ ਜੀ, ਫਿਰ 2-3 ਘੰਟੇ ਭੁੱਖ ਲੱਗਦੀ, ਕੋਈ ਜੂਸ ਪੀ ਲੈਣਾ ਬਸ। ਠੀਕ ਹੈ ਜੀ, ਬੜੇ ਸਾਰੇ ਲੋਕੀ ਡਰਦੇ ਹੋ ਆਪਰੇਸ਼ਨ ਦੇ ਨਾਂ ਤੋਂ ਕਿ ਇਹਦੇ ਬਾਅਦ ਕੋਈ ਕਮਜ਼ੋਰੀ ਨਾ ਆ ਜਾਏ। ਤੁਹਾਨੂੰ ਕੀ ਲੱਗਦਾ ਤੁਹਾਡਾ ਕਮਜ਼ੋਰੀ ਆ ਰਹੀ ਹੈ ਜਾਂ ਐਕਟਿਵ ਹੋ ਰਹੇ ਹੋ? ਕੁਛ ਵੀ ਕਮਜ਼ੋਰੀ ਨਹੀਂ, ਐਕਟਿਵ ਹੋ ਜਾਂਦਾ। ਠੀਕ ਹੈ, ਪਹਿਲੇ 10-15 ਦਿਨ ਦੱਸੇ ਜਾਣਾ, ਖਾਣਾ ਜ਼ਿਆਦਾ ਘੱਟ ਖਾਣ ਨਾਲ ਥੋੜ੍ਹਾ ਲੱਗਦਾ ਸੀਗਾ, ਪਰ ਉਸ ਤੋਂ ਬਾਅਦ ਬਿਲਕੁਲ ਸੈੱਟ ਆ, ਕੋਈ ਪ੍ਰੋਬਲਮ ਨਹੀਂ ਆਈ। ਠੀਕ ਹੈ ਜੀ, ਬੜੇ ਸਾਰੇ ਲੋਕੀ ਆਪਰੇਸ਼ਨ ਤੋਂ ਪਹਿਲਾਂ ਚਾਹੁੰਦੇ ਆ, ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਸੀ, ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਈ, ਉਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰ ਲਈਏ। ਅਗਰ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੇ, ਤੁਹਾਡੇ ਕੋਲ ਇੰਨਾ ਟਾਈਮ ਹੁੰਦਾ, ਤੁਸੀਂ ਉਹਨਾਂ ਨਾਲ ਗੱਲ ਕਰਕੇ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ? ਜ਼ਰੂਰ ਕਰ ਸਕਦੇ ਹਾਂ। ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦੋਗੇ? ਮੇਰਾ ਨੰਬਰ ਇੱਥੇ ਤਾਂ ਮੈਂ ਰਹਿੰਦਾ ਨਹੀਂ, ਦੁਬਈ ਦਾ ਨੰਬਰ ਹੀ ਆ ਮੇਰਾ। ਹਾਂਜੀ, ਤੁਸੀਂ ਦੁਬਈ ਦਾ ਨੰਬਰ 0097-5292-3999। ਠੀਕ ਹੈ ਜੀ, ਬੜੇ ਸਾਰੇ ਲੋਕੀ ਮੋਟਾਪੇ ਨਾਲ ਰਹਿ ਰਹੇ ਆ, ਬਟ ਆਪਰੇਸ਼ਨ ਨਹੀਂ ਕਰਾਉਂਦੇ, ਡਰਦੇ ਆ, ਤੁਸੀਂ ਇੱਕ ਛੋਟਾ ਜਿਹਾ ਮੈਸੇਜ ਦਿਓ ਕਿ ਉਹਨਾਂ ਨੂੰ ਆਪਰੇਸ਼ਨ ਕਰਾਉਣਾ ਇੱਕ ਵਧੀਆ ਡਿਸੀਜਨ ਹੈ। ਲੇਕਿਨ ਅਗਰ ਬੰਦੇ ਨੂੰ ਇੰਨੀ ਵੱਡੀ ਬੋਦ ਰਿਹਾ, ਉਹ ਚੱਲਣ ਫਿਰਨ ਤੋਂ ਔਖਾ ਹੈ, ਅਗਰ ਉਹ ਸਰਜਰੀ ਕਰਾ ਕੇ ਸੌਖਾ ਹੋ ਸਕਦਾ, ਹੋਰ ਲਾਈਫ ਵਿੱਚ ਕੀ ਚਾਹੀਦਾ। ਠੀਕ ਹੈ ਜੀ, ਇਹ ਸਭ ਤੋਂ ਵਧੀਆ ਗੱਲ ਹੈ। ਤੁਹਾਡਾ ਜੰਮੂ ਹਸਪੀਟਲ ਨਾਲ ਇੱਥੇ ਸਟਾਫ ਨਾਲ, ਡਾਕਟਰ ਸਾਹਿਬ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ? ਕੋਈ ਪ੍ਰੋਬਲਮ ਨਹੀਂ, ਸਾਰਾ ਸਟਾਫ ਬਹੁਤ ਵਧੀਆ ਹੈ, ਡਾਕਟਰ ਸਾਹਿਬ ਤੁਹਾਡੇ ਨਾਲ, ਸਾਰਿਆਂ ਨੂੰ ਬਹੁਤ ਸਾਰੇ ਵਧੀਆ ਕੋਆਰਡੀਨੇਟ ਕਰਦੇ ਸਾਰੇ। ਠੀਕ ਹੈ ਜੀ, ਤੁਸੀਂ ਸਾਡੀ ਸਰਵਿਸਿਸ ਤੋਂ ਹੈਪੀ ਹੋ? ਵੈਰੀ ਗੁੱਡ, ਬਹੁਤ ਵਧੀਆ। ਚਲੋ ਠੀਕ ਹੈ ਜੀ, ਹੁਣ ਤੁਸੀਂ ਜਿਹੜੇ ਹੈਗੇ ਆਪਣੇ ਵਿਟਾਮਿਨ, ਕੈਲਸ਼ੀਅਮ ਇੱਕ ਲਾਈਫ ਲੌਂਗ ਰੈਗੂਲਰ ਰੱਖਣੇ ਆ, ਇੱਕ ਰੂਟੀਨ ਵਾਲੀਆਂ ਚੀਜ਼ਾਂ ਜ਼ਿਆਦਾ। ਜੀ ਬਿਲਕੁਲ। ਠੀਕ ਹੈ ਜੀ, ਹਜੇ ਸਿਰਫ 4 ਮਹੀਨੇ ਹੋਏ ਆ, ਅਜੇ ਵੇਟ ਲੋਸ ਹੋਏਗਾ ਹੋਰ, ਐਂਡ ਆ ਸਕਦਾ ਤੁਹਾਡੀਆਂ ਬਾਕੀ ਪ੍ਰੋਬਲਮਸ ਜਿਹੜੀਆਂ ਹੈਗੀਆਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਰਿਜ਼ੋਲਵ ਹੋਣਗੀਆਂ। ਓਕੇ ਜੀ, ਆਲ ਦਾ ਬੈਸਟ, ਥੈਂਕ ਯੂ।